जी हैगी है ये 21 मार्च 2023 में हुई सी जिदे विच कि गौरव वधवा नाम के एक लड़के दे कोलों कैश खोया गया सी। ये जिहड़ा लड़का हैगा एक कैश कलैक्शन सर्विस जो कि चंडीगढ़ बेस्ड हैगी है उहदे लई काम करदा मोरिंडा के एरिया कैश जो इकट्ठा करके लैके जा रहा है उस टाइम के उपर ये उपर इनू कुछ लड़किया ने मोटरसाइकिल के उपर घेर के ये को पैसे बैग जो खोलिया ये एक सट्ट भी लगी सी उसर FIR दर्ज करके तफ्तीश रंभी गई और जिन्हें भी CCTV फुटेज है तो जो भी टैक्निकल इंटैलीजेंस है वो बेस के उपर इनू फाइनली सॉल्व किया गया जिद कि बहुत व्डा रोल SP मोरिंडा नवनीत महल और उन्होंने टीम और CI की टीम की बहुत व्डा एक योगदान है। ये हूँ तक की तफ्तीश के असी 6 लोगों अरेस्ट करने कामयाब हुए हैं जिन्हों की एक जुविनाइल है और 5 जड़े है होर ने इन 5 जड़े बाकी लोग है इन्हों के दोवों की क्रिमिनल हिस्ट्री है एक के उपर पहले आर्म्स एक्ट के FIR भी दर्ज है दूसरे के उपर पहले भी चोरी के मोटरसाइकिल बरामद हुए सन भी FIR दर्ज है। ਕਿੰਨਾ ਕੈਸ਼ ਲੁੱਟ ਹੋਇਆ ਸੀਗਾ ਕਿੰਨੀ ਹੁਣ ਤੱਕ ਰਿਕਵਰੀ ਉਹਦੇ ਚ ਹੋ ਚੁੱਕੀ ਹੈ 3,13,000 ਰੁਪਏ ਦੇ 3,13,000 ਰੁਪਏ ਦੇ ਲਗਭਗ ਜਿਹੜਾ ਕੈਸ਼ ਹੈਗਾ ਉਸ ਟਾਈਮ ਉੱਪਰ ਲੁੱਟਿਆ ਗਿਆ ਸੀ ਜਿਹਦੇ ਵਿੱਚੋਂ ਕਿ ਹੁਣ ਤੱਕ 53,000 ਰੁਪਏ ਦੀ ਰਿਕਵਰੀ ਹੋ ਚੁੱਕੀ ਹੈ ਅਤੇ ਇਹਨਾਂ ਲੋਕਾਂ ਦੀ 3 ਦਿਨ ਦੀ ਰਿਮਾਂਡ ਸਾਨੂੰ ਮਿਲੀ ਹੈ ਸਾਨੂੰ ਉਮੀਦ ਹੈ ਵੀ ਸਾਨੂੰ ਇਹਦੇ ਵਿੱਚ ਹੋਰ ਵੀ ਰਿਕਵਰੀ ਆਪਾਂ ਕਰ ਲਾਂਗੇ। ਕੀ ਇਹਨਾਂ ਲੋਕਾਂ ਨੇ ਹੋਰ ਵੀ ਕੋਈ ਇਸ ਤਰ੍ਹਾਂ ਦੀਆਂ ਲੁੱਟਖੋਹ ਦੀਆਂ ਵਾਰਦਾਤਾਂ ਕੀਤੀਆਂ ਨੇ ਜਾਂ ਇਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਰਿਕਵਰੀ ਇਹਨਾਂ ਨੇ ਇਸ ਤੋਂ ਪਹਿਲੇ ਹੁਣ ਤੱਕ ਦੀ ਤਫਤੀਸ਼ ਵਿੱਚ ਜਿਹੜੇ 2 ਲੜਕੇ ਹੈਗੇ ਨੇ ਉਹਨਾਂ ਦਾ ਪਹਿਲੇ ਵੀ ਕੁਝ ਕ੍ਰਿਮੀਨਲ ਕੇਸਿਸ ਦੇ ਵਿੱਚ ਸ਼ਮੂਲੀਅਤ ਆਈ ਹੈ ਜਿਹੜੇ ਕਿ ਮੇਨ ਇਹਦੇ ਵਿੱਚ ਕਿੰਗ ਪਿੰਗ ਜਿਹੜਾ ਹੈਗਾ ਉਹਦੀ ਪਹਿਲੇ ਵੀ ਕੁਝ ਕ੍ਰਿਮੀਨਲ ਕੇਸਿਸ ਦੇ ਵਿੱਚ ਸ਼ਮੂਲੀਅਤ ਆਈ ਹੈ ਪਰ ਬਾਕੀ ਜਿਹੜੇ ਹੈਗੇ ਇਹਨੇ ਨਵੇਂ ਬੰਦੇ ਆਪਣੇ ਨਾਲ ਜੋੜੇ ਸਨ ਇਸ ਕੇਸ ਦੇ ਲਈ। ਸਰ ਇਹ ਇਹਨਾਂ ਨੂੰ ਇਨਫੋਰਮ ਜਾਣਕਾਰੀ ਸੀ ਵੀ ਇਹਦੇ ਕੋਲ ਇੰਨਾ ਕੈਸ਼ ਹੁੰਦਾ ਕਿ ਇਹ ਕਿਸ ਤਰ੍ਹਾਂ ਦੇ ਨਾਲ ਇਹਨਾਂ ਦੇ ਵਾਰਦਾਤ ਨੂੰ ਅੰਜਾਮ ਦੇਣ ਦੀ ਪਲੈਨਿੰਗ ਕੀਤੀ। ਜਿਹੜਾ ਇਹ ਮਨਵੀਰ ਹੈਗਾ ਮਨਵੀਰ ਸਿੰਘ ਹੈਗਾ ਮਨੀ ਹੈਗਾ ਇਹਨੂੰ ਇਸ ਚੀਜ਼ ਬਾਰੇ ਜਾਣਕਾਰੀ ਸੀਗੀ ਵੀ ਇਹਦੇ ਲੜਕੇ ਕੋਲ ਕੈਸ਼ ਹੁੰਦਾ ਇਸ ਤੋਂ ਇਲਾਵਾ ਸਾਡੀ ਤਫਤੀਸ਼ ਵੀ ਸਾਹਮਣੇ ਆਇਆ ਵੀ ਜਿਸ ਦਿਨ ਇਨਸੀਡੈਂਟ ਹੁੰਦਾ ਹੈ ਉਸ ਤੋਂ ਪਹਿਲੇ ਵੀ ਕੁਝ ਦਿਨ ਜਿਹੜਾ ਹੈਗਾ ਇਹਨਾਂ ਦੀ ਰਿਕੀ ਕਰਦੇ ਰਹੇ ਹੈਗੇ ਨੇ ਪਰ ਮੌਕਾ ਨਹੀਂ ਇਹਨਾਂ ਨੂੰ ਲੱਗਿਆ ਪੈਸੇ ਖੋਣ ਦਾ ਤਾਂ ਇਹ ਇੱਕ ਦਿਨ ਦੇ ਵਿੱਚ ਇਹ ਸਾਰਾ ਨਹੀਂ ਹੋਇਆ ਹੈਗਾ ਕੁਝ ਦਿਨ ਲਗਾ ਕੇ ਇਹਦੀ ਪੂਰੀ ਰਿਕੀ ਕੀਤੀ ਗਈ ਹੈ ਇਹਦੇ ਪਹਿਲੇ ਵੀ ਇਹਦੇ ਮਗਰ ਲੱਗੇ ਰਹੇ ਹੈਗੇ ਨੇ ਤਾਂ ਇਸੇ ਕਰਕੇ ਆਪਾਂ ਜਿਹੜੇ ਕਿ ਜਦੋਂ ਆਪਾਂ CCTV ਖੰਗਾਲੀਆਂ ਤਾਂ ਉਹਦੇ ਵਿੱਚ ਸਾਨੂੰ ਪੁਰਾਣੇ ਵੀ ਸਾਰੀ ਹਿਸਟਰੀ ਸਾਨੂੰ ਇਹ ਚ ਕਲੀਅਰ ਹੋ ਗਈ ਜਿਸ ਕਰਕੇ ਅਸੀਂ ਫੜਨ ਦੇ ਵਿੱਚ ਇਹਨਾਂ ਨੂੰ ਕਾਮਯਾਬ ਹੋਏ। ਸਰ ਜਿਹੜੀ ਹੁਣ ਤੱਕ ਦੀ ਜਾਂਚ ਹੋਈ ਹੈ ਉਹਦੇ 'ਚ ਇਹ ਪਤਾ ਲੱਗਿਆ ਵੀ ਲੁੱਟਖੋਹ 'ਚ ਕਿੰਨੇ ਮੈਂਬਰ ਸ਼ਾਮਲ ਸੀ ਅਤੇ ਕਿੰਨੇ ਗ੍ਰਿਫਤਾਰ ਕੀਤੇ ਹੋਏ? ਲੁੱਟਖੋਹ ਦੇ ਵਿੱਚ ਸਾਡੀ ਤਫਤੀਸ਼ ਵਿੱਚ 6 ਬੰਦੇ ਹੀ ਸ਼ਾਮਲ ਸਨ ਅਤੇ 6 ਦੇ 6 ਹੀ ਆਪਾਂ ਹੁਣ ਤੱਕ ਰਾਊਂਡ ਅਪ ਕਰ ਚੁੱਕੇ ਹਾਂ। ਥੈਂਕ ਯੂ।